ਵਿਦਿਆਰਥਣ ਨੇ ਲੈਕਚਰਾਰ ਤੇ ਲਗਾਈ ਛੇੜਛਾੜ ਦੇ ਦੋਸ਼। ਫਤਿਹਗੜ੍ਹ ਸਾਹਿਬ ਵਿਖੇ ਇੱਕ ਵਿਦਿਆਰਥਣ ਨੇ ਆਪਣੇ ਲੈਕਚਰਾਰ ਉੱਪਰ ਉਸ ਨਾਲ ਛੇੜਛਾੜ ਕਰਨ ਦੇ ਦੋਸ਼ ਲਗਾਏ ਹਨ। ਇਸ ਸੰਬੰਧੀ ਥਾਣਾ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਵਿਦਿਆਰਥਣ ਦੀ ਸ਼ਿਕਾਇਤ ਤੇ ਲੈਕਚਰਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਧਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਪਰਮਜੀਤ ਕੌਰ ਸਿੱਧੂ ਨੇ ਫੋਨ ਉੱਪਰ ਗੱਲਬਾਤ ਕਰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਲੈਕਚਰਾਰ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਫਤਿਹਗੜ੍ਹ ਸਾਹਿਬ ਤੋਂ ਅਜੀਤ ਵੈਬ ਟੀਵੀ ਲਈ ਜਤਿੰਦਰ ਸਿੰਘ ਰਾਠੌਰ ਦੀ ਰਿਪੋਰਟ। ਸਾਡੇ ਕੋਲ ਕਿਸੇ ਲੜਕੀ ਦੀ ਕੰਪਲੇਂਟ ਪਾਈ ਆ, ਪਰ ਉਹਨਾਂ ਨੇ ਨੰਬਰੀ ਦਰਖਾਸਤ ਆਈ ਸੀ, ਉਸ ਦੇ ਵਿੱਚ ਲੜਕੀ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਡੇ ਕੋਲ ਆਈ ਆ। ਦਰਖਾਸਤ ਪਰ ਅਸੀਂ ਮੁਕੱਦਮਾ ਦਰਜ ਕਰ ਰਹੇ ਹਾਂ ਜੀ, ਅਤੇ ਸਾਡੇ ਥਾਣੇ ਚਤਨਾਤ ਮੈਡਮ ਹਰਪ੍ਰੀਤ ਕੌਰ ਨੇ ਸਬ ਇੰਸਪੈਕਟਰ, ਇਹ ਮਾਮਲਾ ਜਿਹੜਾ ਲੇਡੀਜ਼ ਦਾ, ਇਸ ਕਰਕੇ ਤਫਤੀਸ਼ ਉਹਨਾਂ ਵੱਲੋਂ ਹੋਈ। ਫਿਲਹਾਲ ਸਾਡੇ ਕੋਲ ਜੋ ਦਰਖਾਸਤ ਵਿੱਚ ਆਇਆ ਉਹਦੇ ਵਿੱਚ ਸਿਰਫ ਹਰਕੀਰ ਸਿੰਘ ਦੇ ਖਿਲਾਫ ਦਿੱਤੀ ਆ, ਉਹਦਾ ਸਾਡੇ ਹਜੇ ਐਡਰੈਸ ਵਗੈਰਾ ਸੀ, ਜਦੋਂ ਸ਼ਾਮ ਤਫਤੀਸ਼ ਕਰਾਂਗੇ ਉਸ ਤੋਂ ਬਾਅਦ ਵੈਰੀਫਾਈ ਕਰਾਂਗੇ। ਹਰਕੀਰ ਤਾਂ ਇਹ ਪਤਾ ਲੱਗਿਆ ਵੀ ਉਹ ਲੈਕਚਰਾਰ ਹੈ ਟਾਈਟ ਕੋਲ ਦੇ ਵਿੱਚ, ਦੇ ਵਿੱਚ ਜਿਹੜੀ ਲੜਕੀ ਹੈ ਜੋ ਮਦਈ ਹੈ ਅਤੇ ਉਹ ਸਟੂਡੈਂਟ ਹੈ, ਅਤੇ ਉਹਨੂੰ ਇਸ ਜੋ ਲੜਕਾ ਜੋ ਜਿਸਦੇ ਖਿਲਾਫ ਜਿਹਨੇ ਦਰਖਾਸਤ ਦਿੱਤੀ ਹੈ ਉਹਨੂੰ ਕਿਤੇ ਬਾਹਰ ਬੁਲਾਇਆ ਸੀ ਅਤੇ ਗੱਡੀ ਵਿੱਚ ਲੈ ਗਿਆ ਅਤੇ ਕਿਤੇ ਲਿਜਾ ਕੇ ਇਸ ਨਾਲ ਗਲਤ ਹਰਕਤਾਂ ਕੀਤੀਆਂ ਹੈ, ਅਤੇ ਸਾਡੇ ਕੋਲ ਆ ਗਏ ਅਸੀਂ ਮੁਕੱਦਮਾ ਦਰਜ ਕਰ ਰਹੇ ਹਾਂ। ਹਾਂਜੀ ਹਾਂਜੀ, ਜੋ ਇਹ ਜੋ ਹਰਕੀਰਤ ਜਿਸਦਾ ਸਾਨੂੰ ਨਾਮ ਦੱਸਿਆ ਇਹ ਲੈਕਚਰਾਰ ਹੈ ਡਾਇਟ ਕਾਲਜ ਦੇ ਵਿੱਚ, ਅਤੇ ਜੋ ਮਦਈ ਉਹ ਸਟੂਡੈਂਟ ਹੈ ਉਸ ਕਾਲਜ ਦੀ, ਆਪਸ ਵਿੱਚ ਕਲਾਸ 'ਚ ਪੜ੍ਹਾਉਂਦੇ ਨੇ ਜੀ, ਉਹਦੇ ਖਿਲਾਫ ਦਿੱਤੀ। ਨਹੀਂ, ਇਹਦੇ ਬਾਰੇ ਨਹੀਂ ਸਾਡੇ ਕੋਲ ਕੋਈ ਇਨਫੋਰਮੇਸ਼ਨ, ਸਾਡੇ ਕੋਲ ਇਹ ਕੰਪਲੇਂਟ ਆਈ ਹੈ, ਅਸੀਂ ਤਫਤੀਸ਼ ਜੋ ਵੀ ਸਾਡੇ ਸਾਹਮਣੇ ਆਇਆ ਸੀ ਦੱਸਾਂਗੇ ਤੁਹਾਨੂੰ।